ਘਰ ਦੇ ਵਿੱਚ ਰੱਖੀ ਨੇਪਾਲੀ ਨੌਕਰਾਣੀ ਨੇ ਇੱਕ ਵੱਡਾ ਕਾਂਡ ਕੀਤਾ। ਦੱਸਦੀਏ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਤਿੰਨ ਲੋਕਾਂ ਨੂੰ ਜ਼ਹਿਰੀਲਾ ਪਦਾਰਥ ਖਵਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੋ ਗਈ ਹੈ। ਤਾਂ ਮਾਮਲਾ ਲੁਧਿਆਣਾ ਦੇ ਸੈਕਟਰ 32 'ਚ ਸਥਿਤ ਇੱਕ ਘਰ ਵਿੱਚ ਸਾਹਮਣੇ ਆਇਆ, ਜਿੱਥੇ ਕਿ ਨੇਪਾਲੀ ਨੌਕਰਾਣੀ ਵੱਲੋਂ ਤਿੰਨ ਲੋਕਾਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਅਤੇ ਡਾਕਟਰਾਂ ਦੇ ਵੱਲੋਂ ਹੁਣ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ। ਜਾਣਕਾਰੀ ਮੁਤਾਬਿਕ 2 ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਣੀ ਨੂੰ ਇਸ ਪਰਿਵਾਰ ਦੇ ਵੱਲੋਂ ਕੰਮ 'ਤੇ ਰੱਖਿਆ ਗਿਆ ਸੀ। ਇਸ ਦੌਰਾਨ ਉਹਨਾਂ ਨੇ ਨੌਕਰਾਣੀ ਤੋਂ ਉਸਦੇ ਪਛਾਣ ਸੰਬੰਧੀ ਦਸਤਾਵੇਜ਼ ਮੰਗੇ ਸਨ ਅਤੇ ਦਸਤਾਵੇਜ਼ ਨਾ ਦੇਣ 'ਤੇ ਕੰਮ 'ਤੇ ਨਾ ਆਉਣ ਦੇ ਲਈ ਵੀ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ। ਘਰਦਿਆਂ ਦੇ ਮੁਤਾਬਿਕ ਜਦੋਂ ਉਹ ਕੰਮ 'ਤੇ ਗਏ ਤਾਂ ਪਿੱਛੋਂ ਨੌਕਰਾਣੀ ਨੇ ਘਰ ਵਿੱਚ ਕੰਮ ਕਰਦੇ ਕੁੱਕ, 7 ਮਹੀਨੇ ਦੇ ਬੱਚੇ ਨੂੰ ਸੰਭਾਲਣ ਵਾਲੀ ਔਰਤ ਅਤੇ ਉਹਨਾਂ ਦੇ ਘਰ ਦੇ ਵਿੱਚ ਆਈ ਇੱਕ ਮਹਿਲਾ ਰਿਸ਼ਤੇਦਾਰ ਨੂੰ ਕੋਈ ਨਸ਼ੀਲਾ ਪਦਾਰਥ ਖਵਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੋ ਗਈ। ਹਾਲਾਂਕਿ ਘਰ ਦੇ ਵਿੱਚ CCTV ਲੱਗੇ ਹੋਏ ਸੀ ਅਤੇ ਜਦੋਂ ਘਰ ਦੇ ਵਿੱਚ ਕੋਈ ਵੀ ਹਲਚਲ ਨਾ ਹੁੰਦਿਆਂ ਦੇਖ ਪਰਿਵਾਰਕ ਮੈਂਬਰਾਂ ਨੇ ਜਦੋਂ ਸ਼ੱਕ ਜ਼ਾਹਿਰ ਹੋਇਆ ਤਾਂ ਉਸ ਸਮੇਂ ਉਸਦੀ ਸੂਚਨਾ ਆਪਣੇ ਗੁਆਂਢੀਆਂ ਨੂੰ ਦਿੱਤੀ। ਤਾਂ ਗੁਆਂਢੀ ਜਦੋਂ ਘਰ ਦੇ ਅੰਦਰ ਜਾਂਦੇ ਨੇ ਤਾਂ ਜੋ ਨੇਪਾਲੀ ਨੌਕਰਾਣੀ ਹੁੰਦੀ ਹੈ ਉਹ ਸਮਾਨ ਪੈਕ ਕਰ ਰਹੀ ਹੁੰਦੀ ਹੈ ਅਤੇ ਮੌਕਾ ਦੇਖ ਕੇ ਤੁਰੰਤ ਉੱਥੋਂ ਰਫੂ ਚੱਕਰ ਹੋ ਜਾਂਦੀ ਹੈ। ਹਾਲਾਂਕਿ ਜੋ ਬੇਹੋਸ਼ ਹੋਏ ਹੋਏ ਉੱਥੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਨੇਪਾਲੀ ਨੌਕਰਾਣੀ ਦਾ ਇਹ ਕਾਂਡ ਸਾਹਮਣੇ ਆਇਆ। ਲੁਧਿਆਣਾ ਦੇ MIG ਫਲੈਟਾਂ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ ਆ। ਘਰ ਦੇ ਵਿੱਚ ਕੋਈ ਵੀ ਆਪਾਂ ਨੌਕਰ ਰੱਖਦੇ ਹਾਂ ਅਤੇ ਇੱਕ ਘਰ ਦੇ ਵਿੱਚ ਨੌਕਰਾਣੀ ਜਿਹੜੀ ਰੱਖੀ ਹੋਈ ਸੀਗੀ ਅਤੇ ਉਹਨੇ ਪਰਿਵਾਰ ਦੇ 3 ਮੈਂਬਰਾਂ ਨੂੰ ਜ਼ਹਿਰ ਦੇ ਕੇ ਜਾਂ ਨਸ਼ੀਲੀ ਚੀਜ਼ ਦੇ ਕੇ ਬੇਹੋਸ਼ ਕਰਕੇ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਕੁਦਰਤੀ ਤੌਰ 'ਤੇ ਤਾਂ ਮੈਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਅਤੇ ਆਪਣਾ CCTV ਚੈੱਕ ਕਰਦੇ ਨੇ ਅਤੇ ਗੁਆਂਢੀਆਂ ਨੂੰ ਪੜੋਸੀਆਂ ਨੂੰ ਗੱਲਬਾਤ ਕਰਦੇ ਨੇ ਅਤੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ। ਸਰ, ਕੀ ਨਾਮ ਤੁਹਾਡਾ? ਆਸ਼ੀਸ਼। ਆਸ਼ੀਸ਼ ਜੀ, ਕੀ ਮਾਮਲਾ ਹੋਇਆ ਸੀ, ਕਿੱਦਾਂ ਹੋਇਆ ਸੀਗਾ? ਐਕਚੁਲੀ ਇੱਕ ਲੜਕੀ ਸੀਗੀ, ਆਪਣਾ ਕੰਮ ਕਰਨ ਲਈ ਰੱਖੀ ਸੀ, ਬੁਲਾਈ ਸੀ ਬੇਬੀ ਕੇਅਰ ਵਾਸਤੇ ਅਤੇ ਬੇਬੀ ਕੇਅਰ ਲਈ ਆਪਣਾ ਆਲਰੇਡੀ ਇੱਕ ਸਵੇਰ ਤੋਂ ਸ਼ਾਮ ਤੱਕ ਆਂਟੀ ਆਉਂਦਾ ਸੀ ਸਾਡੇ, ਬਹੁਤ ਪੁਰਾਣੇ ਵਾਕਫ ਹੈ 25 ਸਾਲਾਂ ਤੋਂ, ਲੇਕਿਨ ਸਾਨੂੰ ਹੋਲ ਡੇ ਵਾਸਤੇ ਚਾਹੀਦੀ ਸੀ, ਫੁੱਲ ਡੇ ਵਾਸਤੇ, ਫੁੱਲ ਡੇ ਐਂਡ ਨਾਈਟ। ਅਤੇ ਇਹ ਆਈ ਸੀ 2 ਦਿਨ ਪਹਿਲਾਂ ਅਤੇ ਕਿਸੇ ਨੇ ਨੋਨ ਟੂ ਨੇ ਆਪਣਾ ਦਿੱਤਾ ਸੀ ਰੈਫਰੈਂਸ ਕਿ ਇਹ ਰੱਖ ਲਓ ਅਸੀਂ, ਲੇਕਿਨ ID ਪਰੂਫ ਤੋਂ ਬਿਨਾਂ ਉਹਨੂੰ ਐਂਟਰਟੇਨ ਨਹੀਂ ਕਰ ਰਹੇ ਸੀਗੇ। ਅਸੀਂ ਕਿਹਾ ID ਪਰੂਫ ਤੇਰੇ ਹੈਗੇ ਨਹੀਂ ਹੈਗੇ, ਉਹ ਟਾਲ ਮਟੋਲ ਕਰ ਰਹੀ ਸੀ ID ਪਰੂਫ 'ਚ। ਇਨ ਦਾ ਮੀਨ ਟਾਈਮ ਅਸੀਂ ਇੱਕ ਸੈਕਿੰਡ ਲੇਡੀ ਅਪੁਆਇੰਟ ਕੀਤੀ ਜਿਹੜੀ ਪੂਰੇ ਟਾਈਮ ਵਾਸਤੇ ਸਵੇਰ ਸ਼ਾਮ ਲਈ ਆਪਣਾ ਨਾਲ ਆਈ। ਠੀਕ ਹੈ, ਇਹਨੂੰ ਪਤਾ ਲੱਗ ਗਿਆ ਕਿ ਹਾਂਜੀ ਹੁਣ ਇਹ ਮੈਨੂੰ ਨੌਕਰੀ ਤੋਂ ਕੱਢਣ ਲੱਗੇ ਹੈ, ਨੌਕਰੀ ਤੋਂ ਕੱਢਣ ਦੇ ਚੋਰ ਸਮਝ ਕੇ ਆਪਣੀ ਇਹਨੇ ਕੀ ਕੀਤਾ, ਵਾਈਫ ਮੇਰੇ ਸ਼ੀ ਇਜ਼ ਦਾ ਟੀਚਰ ਦੇਅਰ ਐਟ ਸਕੂਲ ਐਂਡ ਆਈ ਐਮ ਅ ਬਿਜ਼ਨਸ ਓਨਰ। ਠੀਕ ਹੈ, ਮੈਂ ਆਪਣੇ ਕੰਮ 'ਚ ਸੀਗਾ, ਇਹਨਾਂ ਨੇ ਆਪਣੇ ਕੰਮ, ਸਾਡੇ ਹਰੇਕ ਰੂਮਸ ਦੇ ਵਿੱਚ ਕੈਮਰਾਜ ਲੱਗੇ ਹੋਏ ਆ, ਈਵਨ ਦੋ ਸਰਵੀਲੈਂਸ ਇਨ ਲਾਈਕ ਅ ਬਿਗ ਬੋਸ ਸਕੂਲ ਜਿੱਦਾਂ ਹੁੰਦੀ ਹੈ ਉੱਦਾਂ ਡਿਊ ਟੂ ਬੇਬੀ। ਠੀਕ ਹੈ ਨਾ, ਅਸੀਂ ਹੋਈਏ ਨਾ ਹੋਈਏ ਸਾਡੇ ਬੇਬੀ ਦੇ ਉੱਤੇ ਵਾਚ ਆਊਟ ਸਾਡਾ ਪੂਰਾ ਰਹਿੰਦਾ। ਫੋਰ ਦੈਟ ਸੇਕ ਇਹਨਾਂ ਨੇ ਅਸੀਂ ਦੇਖਿਆ ਕੈਮਰਾਜ 'ਚ ਕਿ ਦੋਨੋਂ ਆਂਟੀ ਬੇਸੁੱਧ ਹੋ ਕੇ ਸੁੱਤੇ ਪਏ ਹੈ, ਵੀ ਬੱਚੇ ਨੂੰ ਦੇਖੋ ਦੇਖ ਇੱਦਾਂ ਕਿੱਦਾਂ ਹੋ ਸਕਦਾ। ਅਤੇ ਸ਼ੀ ਗੋਟ ਅਲਰਟਿਡ
ਔਨ ਦੈਟ ਟਾਈਮ ਅਤੇ ਇਹਨੇ ਉਸੇ ਟਾਈਮ ਮੈਨੂੰ ਕਾਲ ਕੀਤਾ ਕਿ ਤੁਸੀਂ ਘਰ ਪਹੁੰਚੋ ਅਤੇ ਮੈਂ ਜਿੱਦਾਂ ਹੀ ਘਰ ਪਹੁੰਚਿਆ ਮੇਰੇ ਤੋਂ ਪਹਿਲਾਂ ਇਹਨਾਂ ਨੇ ਇੱਕ ਹੋਰ ਨੇਬਰਸ ਨੂੰ ਭੇਜਤਾ ਸੀ ਅਤੇ ਨੇਬਰਸ ਨੂੰ ਮੈਂ ਜਦ ਜਾ ਕੇ ਉੱਪਰ ਜਿੱਦਾਂ ਹੀ ਗੱਡੀ ਖੜੀ ਕੀਤੀ ਹੈ ਖੜੀ ਕਰਨ ਦੇ ਮੈਂ ਦੇਖ ਰਿਹਾ ਕਿ ਚੱਪਲਾਂ ਉੱਤੇ ਪਈਆਂ ਹੋਈਆਂ ਮੈਂ ਕਿਹਾ ਸਾਡੇ ਘਰ ਦੀ ਚੱਪਲਾਂ ਇੱਦਾਂ ਕਿੱਦਾਂ ਪਈਆਂ ਹੋਈ ਜਿੱਦਾਂ ਬੰਦਾ ਹੜਪੜਾਈ 'ਚ ਹੜਵਾ ਤਬੜੀ 'ਚ ਨੱਠਿਆ ਹੁੰਦਾ ਅਤੇ ਉਹ ਚੀਜ਼ ਨੂੰ ਮੈਂ ਜਦ ਉੱਪਰ ਜਾ ਕੇ ਅਬਜ਼ਰਵ ਕੀਤਾ ਉੱਪਰ ਜਾ ਕੇ ਸਾਰੇ ਬੇਹੋਸ਼ ਸਾਰੇ ਕੋਈ ਆਪਣਾ ਸੁਧਬਦੀ ਨਹੀਂ ਕੋਈ ਇੱਥੇ ਗ੍ਰਹਿ ਕੋਈ ਉੱਥੇ ਗ੍ਰਹਿ ਹੈ ਨਾਲ ਸਾਡਾ ਸਰਵੈਂਟ ਸੀਗਾ ਸਰਵੈਂਟ ਠੀਕ ਹੈ ਮਿਡ ਉਹਨੂੰ 4 ਸਾਲ ਹੋ ਗਏ ਸਾਡੇ ਕੋਲ ਕੰਮ ਕਰਦੇ ਉਹ ਵੀ ਬੇਹੋਸ਼ ਸੀਗਾ ਕਹਿ ਨਹੀਂ ਸਕਦੇ ਹਾਂ ਆਈ ਐਮ ਡਾਊਟਫੁੱਲ ਫੋਰ ਦੈਟ ਇਹ ਕਿੰਨੇ ਵਜੇ ਦੀ ਘਟਨਾ 11:30 ਅਤੇ ਇਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਕੋਈ ਚੀਜ਼ ਲੁੱਟ ਕੇ ਤਾਂ ਨਹੀਂ ਲੈ ਗਏ ਮੇਰਾ ਬੱਚੇ ਉੱਤੇ ਫੁੱਲ ਟਾਰਗੇਟ ਸੀਗਾ ਓਕੇ 6 ਮਹੀਨੇ ਦੇ ਬੇਬੀ ਦੇ ਉੱਤੇ ਓਕੇ ਬਸ ਉਹ ਜਿਹੜੇ ਨੇਬਰਸ ਆ ਗਏ ਨੇਬਰਸ ਦੇ ਆਉਣ ਨਾਲ ਆਪਣਾ ਬੇਬੀ ਬਚ ਗਿਆ ਠੀਕ ਹੈ ਠੀਕ ਹੈ ਅਦਰਵਾਈਜ਼ ਤਾਂ ਘਰੇ ਕੁਛ ਵੀ ਨਹੀਂ ਛੇੜਿਆ ਉਹਨਾਂ ਮੈਡਮ ਕੀ ਨਾਮ ਤੁਹਾਡਾ ਗੁੰਜਨ ਨਾਂਡਾ ਹਾਂ ਅਤੇ ਦੱਸੋ ਕੀ ਹੋਇਆ ਸੀ ਕੁਛ ਨਹੀਂ ਬਸ ਉਹ ਜਿਹੜੀ ਕੁੜੀ ਆਈ ਸੀ ਅਸੀਂ ਰੱਖੀ ਸੀ ਉਹਦੇ ਕਾਗਜ਼ ਪੱਤਰ ਸੀਗੇ ਨਹੀਂ ਅਤੇ ਅਸੀਂ ਉਹਨੂੰ ਕਿਹਾ ਵੀ ਤੂੰ ਅੱਜ ਚਲੀ ਜਾ ਠੀਕ ਹੈ ਜਦ ਤੇਰੇ ਕਾਗਜ਼ ਪੱਤਰ ਆਉਣਗੇ ਫਿਰ ਤੂੰ 2 ਕੁ ਦਿਨ ਬਾਅਦ ਆ ਜਾਈ ਕਾਗਜ਼ ਪੱਤਰ ਲੈ ਕੇ ਉਹਨੂੰ ਜਦ ਪਤਾ ਲੱਗਿਆ ਮੈਂ ਅੱਜ ਕੰਮ ਤੋਂ ਕੱਢ ਦੇਣਾ ਉਹਨੇ ਮੇਰੇ ਘਰ ਜਿੰਨੇ ਵੀ ਮੈਂਬਰ ਸੀਗੇ ਉਹਨਾਂ ਨੂੰ ਸਲੀਪਿੰਗ ਪਿਲਸ ਦਿੱਤੀਆਂ ਖਾਣੇ ਦੇ ਵਿੱਚ ਪਤਾ ਨਹੀਂ ਕੀ ਦਿੱਤਾ ਉਹ ਜਦ ਮੈਂ CCTV ਕੈਮਰਾ ਜਦ ਰੈਗੂਲਰ ਚੈੱਕ ਕਰਦੀ ਹਾਂ ਜਿੱਦਾਂ ਜੋਬ 'ਤੇ ਜਿੱਦਾਂ ਹੀ ਮੈਨੂੰ ਟਾਈਮ ਮਿਲਦਾ ਉਹ ਮੈਂ ਚੈੱਕ ਕੀਤਾ ਅਤੇ ਉਹਦੇ ਵਿੱਚ ਉਹ ਕੀ ਕਹਿੰਦੇ ਸਾਰੇ ਸੁੱਤੇ ਪਏ ਸੀ ਮੈਨੂੰ ਥੋੜ੍ਹਾ ਅਜੀਬ ਲੱਗਿਆ ਮੈਂ ਇਹਨਾਂ ਨੂੰ ਫੋਨ ਕੀਤਾ ਇਹ ਕਹਿੰਦੇ ਕੁਛ ਨਹੀਂ ਉਹ ਉੱਦਾਂ ਹੀ ਰੈਸਟ ਕਰ ਰਹੇ ਹੋਣੇ ਮੈਂ ਕਿਹਾ ਨਹੀਂ ਕੋਈ ਗੜਬੜ ਹੈ ਤੁਸੀਂ ਜਾਓ ਅਤੇ ਫਿਰ ਮੈਂ ਆਪਣੇ ਨੇਬਰਸ ਨੂੰ ਫੋਨ ਕੀਤਾ ਫਟਾਫਟ ਨੇਬਰਸ ਜਦੋਂ ਜਿੱਦਾਂ ਹੀ ਨੇਬਰਸ ਐਂਟਰ ਕੀਤੇ ਉਹ ਦੇਖ ਕੇ ਡਰ ਗਈ ਉਹਨੇ ਆਪਣਾ ਬੈਗ ਚੱਕਿਆ ਅਤੇ ਉਹ ਫਟਾਫਟ ਨੇਬਰਸ ਨੂੰ ਫੜਾ ਦਿੱਤਾ ਬੱਚਾ ਕਿ ਇਹਨੂੰ ਇੱਕ ਮਿੰਟ ਫੜੋ ਮੈਂ ਆਈ ਹਾਂ ਪਤਾ ਨਹੀਂ ਹੁਣ ਉਹ ਲੈ ਕੇ ਚੱਲੀ ਸੀ ਇਹ ਤਾਂ ਚਲੋ ਬਾਈ ਚਾਂਸ ਮੈਂ ਅਟੈਂਟਿਵਲੀ ਦੇਖ ਲਿਆ ਜੇ ਨਾ ਦੇਖਿਆ ਹੁੰਦਾ ਫਿਰ ਤਾਂ ਦੇਖੋ ਮੈਂ ਕੈਸ਼ ਜਾਂ ਕੋਈ ਗੋਲਡ ਜਾਂ ਜੁਅਲਰੀ ਇੱਦਾਂ ਦੀ ਕੋਈ ਘਰੇ ਤਾਂ ਰੱਖਦੀ ਨਹੀਂ ਕਿਉਂਕਿ ਸਰਵੈਂਟਸ ਹੁੰਦੇ ਆ ਤਾਂ ਕਰਕੇ ਕੁਛ ਇੱਦਾਂ ਵੈਲਿਊਏਬਲ ਆਈਟਮ ਅਸੀਂ ਰੱਖਦੇ ਨਹੀਂ ਘਰੇ ਪਰ ਬੱਚਾ ਸਭ ਤੋਂ ਵੈਲਿਊਏਬਲ ਚੀਜ਼ ਹੈ ਜੇ ਉਹਨੂੰ ਲੈ ਜਾਂਦੀ ਤਾਂ ਮੈਂ ਕਿਹਨੂੰ ਇਹ ਤਾਂ ਜੇ ਮੈਂ ਨਾ ਅਟੈਂਟਿਵਲੀ ਦੇਖਦੀ ਅਤੇ ਜੇ ਮੈਂ 2 ਵਜੇ ਦੇਖਦੀ 4 ਵਜੇ ਦੇਖਦੀ ਛੁੱਟੀ ਟਾਈਮ ਦੇਖਦੀ ਆਪਣੀ ਹੈ ਨਾ ਹਾਂ ਬਿਲਕੁਲ ਹੋ ਜਾਣਾ ਸੀ ਤੇ ਮੈਡਮ ਤੁਸੀਂ ਇਹਦੇ ਵਿੱਚ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਜਾਂ ਤੇ ਇੱਥੇ ਜਿਹੜੇ ਹੁਣ ਮੈਂਬਰ ਨੇ ਤੇ ਉਸੇ ਟਾਈਮ ਮੈਂ ਪੁਲਿਸ ਨੂੰ ਫੋਨ ਕਰਕੇ ਘਰੇ ਬੁਲਾਇਆ ਸਾਰੀ ਉਹਨਾਂ ਨੂੰ MLR ਉਹਨਾਂ ਨੇ ਹੀ ਸਾਨੂੰ ਕਿਹਾ ਵੀ ਤੁਸੀਂ ਸਾਰੇ ਇਹਨਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੋ ਸੋ ਦੈਟ ਅਸੀਂ ਜਿਹੜੀ ਵੀ ਕਾਰਵਾਈ ਬਣਦੀ ਹੈ ਲੀਗਲੀ ਅਸੀਂ ਕਰਾਂਗੇ ਠੀਕ ਹੈ ਅਤੇ ਅਸੀਂ ਉਸੇ ਟਾਈਮ ਹੀ ਇਹਨਾਂ ਨੂੰ ਫਿਰ ਲੈ ਕੇ ਆਏ ਉਹਨਾਂ ਨੇ ਸਾਡੇ ਨਾਲ ਇੱਕ ਪੁਲਿਸ ਵਾਲੇ ਬੰਦੇ ਨੂੰ ਭੇਜਿਆ ਵੀ ਸੀ ਉਸ ਤੋਂ ਬਾਅਦ ਉਹ ਸਾਨੂੰ ਦਿਖੇ ਹੀ ਨਹੀਂ ਨਹੀਂ ਦਿਖੇ ਚਲੋ ਹੁਣ ਇੱਥੇ ਕੌਣ ਕੌਣ ਦਾਖਲ ਹੈ ਅਤੇ ਉਹਨਾਂ ਦੀ ਕੀ ਕੰਡੀਸ਼ਨ ਹੈਗੀ ਇੱਥੇ ਸਾਡੇ ਇੱਕ ਰਿਲੇਟਿਵ ਨੇ ਉਹ ਨੇ ਆਂਟੀ ਹੈ ਨਾ ਇੱਕ ਸਾਨੂੰ ਆਂਟੀ ਮਿਲਣ ਆਏ ਸੀ ਜਿਹੜੇ ਕੰਮ ਕਰਦੇ ਉਹ ਅਤੇ ਇੱਕ ਕੁੱਕ ਮੇਰਾ ਜਿਹੜਾ ਹੈਗਾ ਉਹ 3 ਐਡਮਿਟ ਨੇ ਅਤੇ 2 ਦੀ ਕੰਡੀਸ਼ਨ ਤਾਂ ਠੀਕ ਹੈ 1 ਦੀ ਕੰਡੀਸ਼ਨ ਥੋੜ੍ਹੀ ਜਿਹੀ ਹਜੇ ਕ੍ਰਿਟੀਕਲ ਹੈ ਚਲੋ ਇਹ ਹੁਣ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਘਰ ਦੇ ਵਿੱਚ ਕੋਈ ਵੀ ਨੌਕਰ ਰੱਖਦੇ ਤਾਂ ਸਭ ਤੋਂ ਪਹਿਲਾਂ ਉਹਦੀ ਵੈਰੀਫਿਕੇਸ਼ਨ ਕਰਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜੇ ਆਪਾਂ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਤਾਂ ਉਹਦਾ ਕੋਈ ਥਾਂ ਪਤਾ ਨਹੀਂ ਲੱਗਦਾ ਹੈ ਅਤੇ ਇਸ ਤੋਂ ਬਾਅਦ ਜੇ ਆਪਾਂ ਹੁਣ ਪੁਲਿਸ ਦੀ ਗੱਲਬਾਤ ਕਰੀਏ ਤਾਂ ਹੁਣ ਪੁਲਿਸ ਦੇਖਦੇ ਆ ਵੀ ਹੁਣ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ ਨਿਊਜ਼ 18 ਪੰਜਾਬ